ਰੁਕਣ ਦੇ ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਖਬਰ ਦਾ, ਜਿੱਥੇ ਇੱਕ 16 ਸਾਲ ਦੇ ਲੜਕੀ ਦੇ ਗਰਭਵਤੀ ਹੋਣ ਦਾ ਮਾਮਲੇ ਸਾਹਮਣੇ ਆਇਆ ਹੈ। ਬਠਿੰਡਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪਰਿਵਾਰ ਵੱਲੋਂ ਗੁਆਂਢੀਆਂ ਤੇ ਇਲਜ਼ਾਮ ਲਗਾਏ ਗਏ ਨੇ। ਸੋ 16 ਸਾਲ ਦੀ ਲੜਕੀ ਦੇ ਗਰਭਵਤੀ ਹੋਣ ਦਾ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪਰਿਵਾਰ ਨੇ ਗੁਆਂਢੀਆਂ ਤੇ ਇਲਜ਼ਾਮ ਲਗਾਏ ਨੇ। ਤੇ ਦੱਸ ਦਈਏ, ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ। ਗੁਆਂਢੀਆਂ ਦੇ ਘਰ ਪਾਣੀ ਭਰਨ ਗਈ ਸੀ ਬੱਚੀ, ਪਰਿਵਾਰ ਦਾ ਇਹ ਬਿਆਨ, ਤੇ ਪਾਣੀ ਭਰਨ ਗਈ ਬੱਚੀ ਦੇ ਨਾਲ ਇਹ ਦੁਸ਼ਕਰਮ ਹੋਇਆ। 16 ਸਾਲ ਦੀ ਮਹਿਜ਼ ਇਹ ਬੱਚੀ ਹੈ।